आ गया, इन्होंने ब्याह किया अपनी धी का, चलो अपने घर ससुराल च जाके रहेगी, ओदा खाना खराब हो गया, अपने बंदे नूं चुक के इत्थे लै आई, सारा दिन मेरे को एक बूटा काये दा लब लब थक गया, पता लगता नहीं माये दा। वाह वी वाह साहब जी, तुहानू चाहिए टीवी ते गाया करो तुसी। क्यों जी? बंदा बंद ते कर दिंदा ने। मैं तेरे चपेड़ मार के हथ गंदा कर लेना। बकवास करना, घर दा नौकर है तू, मेरी बीवी तू पहुंचे मेरे तक ਕਿ ਤੂੰ ਉਹਨੂੰ ਸ਼ਿਕਾਇਤਾਂ ਲਾਣਾ ਮੇਰੀ? ਮੈਂ ਸ਼ਿਕਾਇਤਾਂ ਹੋਰ ਲਾਣੀਆਂ ਨੇ। ਇਸ ਘਰ 'ਚ ਨੌਕਰੀ ਕਰਦੀ ਕਿ ਨਹੀਂ? ਉਹ ਮੈਂ ਇਸ ਘਰ ਦਾ ਆਪਣਾ ਜਵਾਈ ਆ, ਇੱਥੇ ਮੈਂ ਵਿਆਹ ਕਰਕੇ ਆਪਣਾ ਮਾਂ ਪਿਓ ਛੱਡਿਆ, ਤੂੰ ਬਕਵਾਸ ਕਰਦੇ ਸ਼ਿਕਾਇਤਾਂ ਲਾਉਣਾ ਮੈਂ ਸ਼ਿਕਾਇਤਾਂ ਲਾਉਣੀਆਂ ਨੇ, ਤੂੰ ਮੈਨੂੰ ਚੀਰ ਕਿਉਂ ਨਹੀਂ ਦੇ ਰਿਹਾ ਇੱਥੇ? ਮੇਰੀ ਸੱਸ ਆਏਗੀ, ਉਹਦੇ ਸਾਹਮਣੇ ਤੂੰ ਕੋਈ ਗੱਲ ਨਹੀਂ ਕਰਨੀ। ਮੈਂ ਦੱਸਣਾ ਬੀਬੀ ਜੀ। ਓ ਖੈਰ, ਮਕਾਨਾ ਖਰਾਬ ਹੋ, ਕਿੱਥੇ ਮੈਂ ਆਇਆ? शर्म करनी चाहिए थानू, तुहाडा जवाई खलोता है, नौकर खलोता है, ते आके इंज करन दे, तुहानूं जरा शर्म ही नहीं? नहीं तो कह नहीं है, सोहणी मेरे की है ही कोई नहीं, जे तू सोहणी है फिर साडे ते लाणो दी पई है। नहीं सोहणी ते मैं हैगी आ। कित्थों? नजर नहीं आंदा। सोहणी जी, मां जी। हां बोल वे। मां जी, मैं तुहानूं दसणा चाहुंदा कि मैं तुहाडी धी नाल ब्याह कीता है। तुसीं हर वक्त मैनूं डांटदे रहिंदे हो, कम कर इत्थों घर छड्ड के चल जा, मैं इह नहीं लिआउंदा। ਖਾਣਾ ਖਰਾਬਾ ਵੇਲਾ ਤੇ ਬਹਿ ਕੇ ਖਾਂਦਾ ਰਹਿੰਦੇ, ਤੈਨੂੰ ਆਪਣੇ ਆਪ ਤੇ ਸ਼ਰਮ ਆਣੀ ਨਹੀਂ ਹੈ? ਤੁਹਾਡੇ ਘਰ ਹੁੰਦਾ ਕੀ ਜਿਹੜਾ ਮੈਂ ਖਾਣਾ? ਇੱਕ ਘਰ ਜਵਾਈ ਬਣਾ ਲਿੱਤਾ, ਉਸ ਤੋਂ ਵੇਲੀਆਂ ਖਾਂਦਾ ਰਹਿੰਦਾ। ਉਹ ਸ਼ੁਕਰ ਕਰੋ ਤੁਹਾਡੇ ਤੇ ਤਰਸ ਖਾ ਕੇ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰ ਲਿਆ, ਵਰਨਾ ਆਪਣੀ ਹੀਰੇ ਵਰਗੀ ਜਵਾਨੀ ਮੈਂ ਕਿਤੇ ਹੋਰ ਵੀ ਇਸਤੇਮਾਲ ਕਰ ਸਕਦਾ। ਉਹ ਭਾਈ, ਹੀਰੇ ਵਰਗੀ ਨਾ ਕਹਿ, ਕਹਿ ਮੇਰੀ ਗਟਲ ਵਰਗੀ ਜਵਾਨੀ। ਵੇਖ ਗੱਲ ਸੁਣ, ਤੈਨੂੰ ਸ਼ਰਮ ਨਹੀਂ ਆਂਦੀ? ਮੈਂ ਨੰਗਾ ਫਿਰ ਰਹੀ ਹਰ ਟਾਈਮ ਤੇ, ਤੂੰ ਬਹਿ ਕੇ ਖਾ ਕੇ ਢਿੱਡ ਐਡਾ ਕੱਢੀ ਜਾ ਰਿਹਾ ਹੈ। ਓ ਮਾਂ ਜੀ, ਗਰੀਬ ਆਦਮੀ ਦਾ ਜਾਂ ਖਰਚਾ ਵੱਧਦਾ ਜਾਂ ਢਿੱਡ ਵੱਧਦਾ, ਸਮਝ ਆਈ? ਜਾਂ ਬੱਚੇ ਉਧਰ ਹੋ, ਖਲੋ ਉਧਰ ਹੋ ਕੇ ਕਲੋਸ ਦੇ ਰਹੀ ਹੈ ਮੈਨੂੰ। ਹਾਂ ਮੈਂ ਤੇਰੀ ਧੀ ਦਾ ਮਿਸਤਰੀ ਹਾਂ। ਤੇਰਾ ਟਾਪਾ ਨਹੀਂ ਮੈਂ ਚੈੱਕ ਕਰ ਸਕਦਾ, ਕੁਛ ਸ਼ਰਮ ਕਰ। ਉਹ ਸ਼ਰਮ ਹੀ ਕਰਵਾਈ ਜਾ ਰਹੀ ਹੈ, ਕੁਛ ਹੋਰ ਵੀ ਕਰਵਾ। ਵੇ ਤੇਰਾ ਮੇਰਾ ਰਿਸ਼ਤਾ ਕੀ ਹੈ, ਤੂੰ ਉਹਨਾਂ ਨੇ ਥੋੜਾ ਲਿਆ ਜਾ। ਕਲੋਜ਼ ਅੱਖਾਂ ਦੇ ਕਲੋਜ਼ ਕਿਉਂ ਲਾਉਣੀ, ਫਸਾਣਾ ਚਾਹਦੀ ਮੈਨੂੰ? ਹਾਂ ਹਾਏ, ਕਿ ਤੂੰ ਕੀ ਕਹਿੰਦੀ ਹੈ ਕਿ ਮੈਂ ਤੇਰੇ ਵੀ ਬੱਚਿਆਂ ਦਾ ਪਿਓ ਵਾਂ ਤੇ ਤੇਰੀ ਧੀ ਦੇ ਬੱਚਿਆਂ ਦਾ ਵੀ ਪਿਓ ਵਾਂ, ਇਹ ਨਵਾਂ ਕਰਾਸ ਪਾਣ ਲਈ? ਵੇ ਮੰਨ ਲੈ, ਮੈਂ ਤੇਰੀ ਅਗਰ ਸਤੇਲੀ ਸੱਸ ਹੈਗੀ ਨਾ, ਤੇ ਇਹ ਨਹੀਂ ਹੈ ਕਿ ਮੈਂ ਤੇਰੇ ਦੇ ਡੋਲੇ ਪਾ ਰਹੀ ਹਾਂ। ਕਾਲਿਆ ਕਾਲਿਆ ਤੇਰੇ ਪੱਲਿਓ ਕਾਲਾ, ਮੈਂ ਤੇਰਾ ਪਿਓ ਕਾਲਾ, ਤੇਰਾ ਭਰਾ ਕਾਲਾ, ਤੇਰਾ ਖਸਮ ਕਾਲਾ ਖਲੋਤਾ ਹੈ, ਜਵਾਈ ਕਾਲਾ। ਹਾਂ ਵੇ ਗੱਲ ਸੁਣ, ਉਹਦੇ ਨਾਲ ਵੀ ਗੱਲ ਕਰੋ। ਕੀ ਹੈ ਵੇ ਤੈਨੂੰ? ਕੀ ਹੈ? ਮੈਨੂੰ ਕੀ ਹੈ, ਮੇਰੀ 8 ਮਹੀਨੇ ਦੀ ਤਨਖਾਹ ਰਹਿੰਦੀ ਹੈ, ਜਾਂ ਤਨਖਾਹ ਦਿਓ। ਹਾਂ ਤਨਖਾਹ ਹੀ ਦਿਓ ਤੁਸੀਂ, ਤੁਹਾਡੀ ਮਿਹਰਬਾਨੀ। ਕਾਲਿਆ ਸ਼ਰਮ ਕਰ, ਕਾਲਾ ਜਾਣਾ ਹੋਵੇ ਤੇ ਆ, ਹੁਣ ਕਹਿੰਦੀ ਕਾਲਾ, ਰਾਤੀ ਕਹਿੰਦੀ ਸੀ ਆਲਾ, ਮੈਂ ਠੰਡਾ ਪਾਣੀ ਦਾ ਗਲਾਸ ਪਿਆ, ਕਹਿੰਦੀ ਬੜਾ ਆਲਾ ਠੰਡਾ ਪਾਣੀ। ਉਹ ਤੇ ਨੌਕਰ ਹੈ ਨਾ, ਠੰਡਾ ਪਾਣੀ ਪਿਆ ਇਸ ਵਾਸਤੇ। ਅਬ ਕੀ ਚਾਹਤੀ ਹੋ? ਤੈਨੂੰ ਸ਼ਰਮ ਨਹੀਂ ਆਉਂਦੀ? ਤੇਰਾ 1 ਸਾਲ ਹੈ ਤੇ ਤੂੰ 2 ਕਿਉਂ ਨਹੀਂ ਜੰਮੇ? ਤੇਰੀ ਕੀ ਫੈਕਟਰੀ ਖਰਾਬ ਹੋ ਗਈ? ਮੈਂ ਉਹ ਵੀ ਨਹੀਂ ਜੰਮਿਆ। ਕੋ ਗੱਲ? ਹਾਂ ਮੈਂ ਉਹ ਵੀ ਨਹੀਂ ਜੰਮਿਆ। ਤੇ ਕਿਉਂ ਨਹੀਂ ਜੰਮਦੀ ਤੂੰ? ਔਰਤ ਹੈ, ਬੱਚੇ ਜੰਮ, ਬੜਾ ਮਜ਼ਾ ਆਉਂਦਾ ਹੈ। ਇਹਦੀ ਅੰਮੀ ਨੂੰ ਮੈਂ ਪੁੱਛਿਆ, ਨਹੀਂ ਹਲੇ ਇੰਜੋਏ ਕਰਨਾ ਚਾਹੀਦਾ। ਹਾਏ ਹਾਏ, ਇੰਜੋਏ ਕਰੀ ਜਾਣਾ, ਬੇੜਾ ਗਰਕ ਕਰੀ ਜਾਣਾ, ਅਸਲ ਵੱਲ ਨਾ ਆਉਣਾ। ਮੈਂ ਤੁਹਾਨੂੰ ਦੱਸਦਾ, ਜੇ ਕੰਨ ਖੋਲ ਕੇ ਸੁਣ ਲਓ, ਮੈਂ ਇਸ ਘਰ ਚੋਂ ਨਹੀਂ ਤੇ ਜਾਣਾ, ਤੇ ਤੁਹਾਡੀ ਧੀ ਨੂੰ ਵੀ ਮੈਂ ਮੁਹੱਬਤ ਨਹੀਂ ਜੇ ਕਰਨੀ। ਜੋ ਹੁੰਦਾ ਕਰਕੇ ਵਿਖਾਓ ਮੈਨੂੰ। ਨਹੀਂ, ਇੱਕ ਤੇ ਤੂੰ ਵਿਹਲਾ ਬਹਿ ਕੇ ਖਾਂਦਾ ਹੈ ਨਾ, ਤੈਨੂੰ ਸਾਲੇ ਦਾ ਅਹਿਸਾਸ ਸੀਗਾ, ਉੱਤੋਂ ਤੂੰ ਗੱਲਾਂ ਸੁਣਾਈ ਜਾ ਰਿਹਾ, ਤੈਨੂੰ ਸ਼ਰਮ ਨਹੀਂ ਆਉਂਦੀ? ਨਹੀਂ ਇਦਰਾਮ, ਚੱਲ ਦਾ ਚੱਲ। ਵੇ ਮੈਂ ਹੁਣੇ ਤੇਰੇ ਸਹੁਰੇ ਨੂੰ ਭੇਜ, ਉਹ ਸਹੁਰੀ ਦਾ ਹੈਗਾ, ਉਹਨੂੰ ਵੀ ਭੇਜ ਕੇ ਵੇਖ ਲੈ। ਤੂੰ ਇੰਜ ਬਾਹਰ ਨਹੀਂ ਆਣਾ, ਮੈਨੂੰ ਤੇਰੀ ਬੀਵੀ ਨੂੰ ਬੁਲਾਉਣਾ ਪੈਣਾ। ਬੀਬੀ ਜੀ ਇਹ
मेरी बीवी है जनाब। जान जी मेरी जान कहां थे आप? देख मेरी बीवी मेनू की दसन दिया मैं कड़ा गा कहां मैं नौकर हूं इस घर का। हां ना चावल लेके आ जान। गल सुनो जी जान। आई तुसी बड़े प्यारे लग रहे हो। आहा पानी च अकलामा। अच्छा तू मेरी कुल्फी है तैनु किथों किथों चक पा। कुल्फी बाद चो खाई पहले मेरे वाला गोला खा ला। तेरे को गोला है और बारो ले आप 10 रुपए का। अच्छा अच्छा मैं क्या जान। गल सुनो जी मेरी जान। सारी गल्ला छोड़ो। मैं ताड़े वास्ते इतना खूबसूरत तैयार हुई हां पार्लर तो। क्यों मेरे वास्ते? हां ना या हॉल च को बाया आज? नहीं नहीं तन पता है ना कि मैं ताड़े वास्ते तैयार हुई हां क्योंकि तुसी मेरे शौहर हो। कितना प्यार कर रही है मेनू? हां कितना प्यार कर रही है? मैं ताड़े नाल बहुत ज्यादा प्यार करनी है। मेरे प्यार दी खातिर की कर सकनी? मैं ताड़ी खातिर बहुत कुछ कर सकनी है। तुसी ऑर्डर लाओ। मैं तेरे प्यार दी खातिर काम कर सकना जड़ा पाकिस्तान दा कोई नौजवान नहीं कर सकता। वाकई की कर सकना है? मैं तेरे प्यार दी खातिर तेरी फैमिली मार सकना। पहले तेरा प्यो मारूंगा फिर तेरा भरा मारूंगा फिर तेरी मां ठीक है तो ठीक है नहीं तो उन्हें भी मार दिया। की कह रहे हो तुसी? मैं सही कह रही हूं। तुसी मेरी फैमिली मारोगे? मैं तेरे नाल बड़ा प्यार करना। वाकई साडे ब्याह नु 5 साल हो गए साडे घर बच्चा नहीं होया। हां जी 5 साल हो गए बच्ची बच्चा नहीं हो रहे। एकदम सही कह रहे ने ते बंदा बदल के देख लो। मेरा मतलब किसी नु कहो कोई भला बदल के देख लो इधर आए ना सुनना काम का पुकार। वाह जी वाह की रौला पा तू सरे सरे। ਉਹ ਤੈਨੂੰ ਪਤਾ ਹੈ ਸਾਡਾ ਜਵਾਈ ਭਾਈ ਏ। ਹਾਂ ਇਹ ਸਾਡਾ ਜਵਾਈ ਏ। ਸਹੁਰਿਆਂ ਦੇ ਘਰ ਜਵਾਈ ਸ਼ੇਰ ਹੁੰਦਾ ਹੈ ਕੁੱਤਿਆ। ਸਮਝ ਆਈ? ਸਮਝਿਆ ਤੈਨੂੰ? ਕੁੱਤਿਆ ਸਮਝ ਨਹੀਂ ਆਈ? ਕੁੱਤਿਆ ਤੈਨੂੰ ਸਮਝ ਨਹੀਂ ਆਈ? ਇਹਨੂੰ ਨਹੀਂ ਆਉਣੀ ਕੁੱਤੇ ਨੂੰ ਸਮਝ? ਵੇਖੋ ਕੁੱਤੇ ਨੂੰ ਸਮਝ ਨਹੀਂ ਆ ਰਹੀ। ਨਹੀਂ ਆਉਣੀ? ਹਾਂ ਇਹ ਕਿਤੇ ਸਮਝ ਆ ਜਾਏ ਕਿਸੇ ਬਗੈਰਤ ਦੇ ਬੱਚੇ ਨੂੰ ਇਹਨੂੰ ਪਤਾ ਲੱਗ ਜਾਏ। ਹਾਂ ਨਹੀਂ ਸਮਝ ਆ ਰਹੀ ਬਗੈਰਤ ਦੇ ਬੱਚੇ ਨੂੰ दमाद इज्जत करया करो। ਜਿਹੜੀ ਪੂਰਾ ਮੱਲਾ ਨਹੀਂ ਕਰਦਾ ਉਹਦੀ ਕੱਲੇ ਦੀ ਮੈਂ ਹੀ ਕਰੀ ਜਾਵਾਂ। ਤੁਹਾਡੇ ਤੇ ਮੱਲੇ ਵਾਲੇ ਕਸਮਾਂ ਚੁੱਕਦੇ ਤੁਹਾਡੀ। ਅੱਬਾ ਜੀ ਤੁਹਾਨੂੰ ਪਤਾ ਨਾ ਕਿ ਮੇਰੀ ਇੱਕ ਮਜਬੂਰੀ ਹੈ। ਕਾਦੀ ਮਜਬੂਰੀ? ਮੇਰੀ ਮਜਬੂਰੀ ਕਿ ਮੈਂ ਇਹਨੂੰ ਦਿਲ ਦੇ ਦਿੱਤਾ। ਅੱਬਾ ਜੀ ਤੁਸੀਂ ਤੇ ਜਾਣਦੇ ਹੋ। ਉਹ ਕਾਕੀ ਜਿਹਨੂੰ ਹਮਾਮ ਵਾਲਾ ਉਸ ਤਰ੍ਹਾਂ ਨਹੀਂ ਦਿੰਦਾ ਤੂੰ ਉਹਨੂੰ ਦਿਲ ਦੇ ਦਿੱਤਾ। ਇਹ ਤਾਂ ਨਵੀਂ ਚੱਪਲ ਲਵੇ ਨਾਲੇ ਨੂੰ ਕੋ ਵਧਰਾ ਨਹੀਂ ਦਿੰਦਾ। ਓਏ ਸਾਲਣ ਲਵੇ ਨਾਲੇ ਨੂੰ ਕੋ ਤਰੀ ਨਹੀਂ ਦਿੰਦਾ। ਓਏ ਮੱਲੇ ਚ ਕ੍ਰਿਕਟ ਖੇਡੇ ਨੂੰ ਕੋ ਵਾਰੀ ਨਹੀਂ ਦਿੰਦਾ। ਓਏ ਜੰਮਿਆਂ ਦੇ ਕੰਨ ਚ ਕਿਹਨੇ ਅਜ਼ਾਨ ਨਹੀਂ ਦਿੱਤੀ। ਓਏ ਦੀ ਮਾਂ ਨੇ ਜੰਮ ਕੇ ਇਹਨੂੰ ਦੁੱਧ ਨਹੀਂ ਦਿੱਤਾ ਤੂੰ ਦਿਲ ਦੇ ਦੇ। ਇਹ ਤਾਂ ਰਾਸ਼ ਚ ਜਾਂਦਾ ਵੇ ਇਹਨੂੰ ਕੋਈ ਉਂਗਲ ਨਹੀਂ ਫੜਾਂਦਾ। ਸਾਰੇ ਮੇਰੇ ਨੂੰ ਅੰਗੂਠਾ ਵੀ ਫੜਾ ਦਿੰਦਾ। तलाक दवा दे अपनी भैन व्याह ला गोरा तेरे नाम दा हर महीने मरदा एडा ढिड कीता बाथरूम भी जाया कर इकट्ठा करदा रहना ये तेरे लई तेरा काम नहीं कराना है। मैं कहना जिड्डा सोना रिश्ता मैं कराया ना मेरा इनाम बनता मैं ना तेरे मैं तेरे दाला कर दिया तेरा नाम बनता फेसबुक तो रिश्ता लभे तुहाडे लई मैं दसोगे भी फेसबुक ते आंदा दसो यार ए बेड़ा कर कोवे ना फेसबुक वाले दा क्यों ए देखना फेसबुक ते आंदा ही। अच्छा हां तेरे फेस ते भी लान तेरी बुक ते भी लान ओ तेरे ते वापस कादी वापस कुड़ी दा रिश्ता कराया ना किड्डा सोना निकल हुण मुंडा मैं कहना मुंडे दा रिश्ता मैं लिया एडी सोनी कुड़ी है मैं तेरे सदके मेरे पुत्र दा रिश्ता लेके मैं कहना सोनी यानी के पहले कुड़ी दा बेड़ा कर कीता मैं अपने मुंडे दा ही बेड़ा कर लवा ओए तेरे कहण ते ओए तेरे कहण ते मैं कोई चीज नहीं लेने निकले थो मैं कहना एडी सोनी कुड़ी है ओए मैं अगे एडी एडी दे वाल एडी दे वाल एडी एडी मोटी अख ओए सोनिया रोजे लंगदे फेर लै तेरी मेहरबानी
मैं कहना पतली जी कमर तुरदी है ते पहला पांदी है। मैं कहना अगर मेरा ब्याह ना होया हुंदा ओदे प्यो दे पैरी में आप पै जाना। यार मैं परेशान ना परेशान करा जो मलका ना मुंडा सवेरे सवेरे चारा अच्छा मोटरसाइकिल लेके निकले किराए ते अच्छा जी आ ट्राले च वजा थां ते मर गया। अच्छा ये तेनू कोई नहीं मोटरसाइकिल किराए दे देंदा तू किस पासे निकल जावे। मैं कहना तुसी समझ नहीं रहे करोड़पति कुड़ी है। ओ मुंडिया क्वार्टर चोर है ना फिटम कैसा चल निकल। तो मैं कहना करोड़पति कुड़ी है एचपीएल जोदा अकाउंट जे यूपीएल च भी ओदा अकाउंट है बार गोरमेंट बैंक नहीं ओदे च भी अकाउंट है। ओए जबरदस्ती गजल सुनाने वाले आ मैं नहीं करना जा निकल जा जा चला जा। तुसी समझ नहीं रहे मेरी गल ए जेड़े पर्दे ने नवे हो गए ने सोफे नवे हो गए ने ए पुराने स्पीकर आ के बच्चियां नचियां तुहाडियां नवे हो जाएंगे। निकल निकल नवीं ले आके तू तो पुराने दी बरकत पई थी निकल गई। निकल चलो ठीक है 5 लाख एडवांस भेजया सी ना मैं किसी होर नु दे दंगा। किन्ना ने कुड़ी वाले दिया ले रिश्ते दा जी ते तू की समय ना 5 लाख भेज के ते मैं ढोल जावांगा। हां मैं अपने तेरे कहते अपने पुत्र दा ब्याह कर देगा इस 5 लाख की खातिर बड़ा कस कदो चंद ले के नहीं भूले तानू। हां वो पहले मुंडे नु ते पूछ लो। ओ मुंडा मेरा पुत्र है को कुत्ते दा पुत्र नहीं मले नु कहंदे ने कि तू कुत्ते दा पुत्र। चलो ठीक है फिर चांदी 14 नु लेना जंज असि 13 नु टर पैना चांदी 13 नु तू कुड़ी नु तेल छेल ला के रख जंज आई आई जा बस ਤੁਹਾਡਾ ਇੰਤਜ਼ਾਰ ਕਰ ਰਹੇ ਸੀ ਯਾਰ ਮੇਰੇ ਨਾਲ ਆਇਆ ਜੀ ਮੇਰੇ ਪੁੱਤਰ ਦਾ ਵਿਆਹ ਹੈਗਾ ਦਿਨ ਚੇਂਜ ਹੋ ਗਿਆ ਸਮਾਨ ਤੇ ਇੱਥੋਂ ਨਿਕਲਦਾ ਉਹ ਮੇਰੇ ਤੋਂ ਬਗੈਰ ਤੇ ਤੁਹਾਡਾ ਵਿਆਹ ਨਹੀਂ ਹੋਣਾ ਤੇਰੇ ਤੋਂ ਬਗੈਰ ਤੂੰ ਸਾਡੇ ਘਰ ਦਾ ਮੀਟਰ ਹੈ ਤੇਰੇ ਤੋਂ ਬਗੈਰ ਹੈ ਗੰਦੇ ਲੋਕੋ ਤੁਹਾਡੇ ਘਰ ਸੋਹਣਾ ਬੰਦਾ ਆਇਆ ਕਦਰ ਕਰੋ। ਉਹ ਮੇਰੇ ਅੱਲਾ ਕਿਹੜਾ ਸੋਹਣਾ ਤੈਨੂੰ ਕਾਹਦਾ ਭਲੇਖਾ ਮੈਂ ਤਾਂ ਸਵੇਰ ਟਾਂਗੜੇ ਨੇ ਕਿਹਾ ਕੀ ਕਿਹਾ ਬੜਾ ਹੋਇਆ ਸੋਹਣਿਆ ਹਾਏ 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 ਜੀ ਅਸਲਾਮ ਅਲੈਕਮ ਉਹ ਮੈਂ ਸੱਚੇ ਉਹ ਮੇਰਾ ਆ ਗਿਆ ਔਰ ਮੇਰਾ ਰਾਂਝਾ ਪੁੱਤਰ ਆ ਗਿਆ ਵੇਖ ਯਾਰ ਮੇਰਾ ਸਿਰ ਕਲਪਾਂਡੇ ਸਿਰ ਅੱਬਾ ਜੀ ਮੈਂ ਮਜ਼ਦੂਰੀ ਕਰ ਕਰਕੇ ਥੱਕਿਆ ਹੁੰਦਾ ਵਕਾਰ ਹੁੰਦੀ ਕਿਲਕਲੇ ਵਾਲ ਪਿਆ ਹੁੰਦਾ ਆ ਦੇਖਣਾ ਉਹ ਮੇਰਾ ਪੁੱਤਰ ਵਰਗਾ ਸਾਲਾ ਭਾਇਨ ਮੇਰੀ ਸੁਣ ਲਓ ਗੱਲ ਕੀ ਭਾਇਨ ਮਿਹਨਤ ਮਜ਼ਦੂਰੀ ਕਰੋ ਨਹੀਂ ਤੇ 2 ਦਿਨ ਦੀ ਮਿਹਨਤ ਘਰ ਛੱਡ ਕੇ ਚਲੇ ਜਾਓ ਉਹ ਤੂੰ ਜਿਉਂਦਾ ਰਹੇ ਮਿਹਨਤ ਕਰਨ ਵਾਸਤੇ ਮੈਂ ਕਿਉਂ ਕਰਾਂ ਮੈਂ ਤੁਹਾਡੇ ਆਸੇ ਨਹੀਂ ਕਰਦਾ ਮੈਂ ਸਿਰਫ ਆਪਣੀ ਭੈਣ ਆਸੇ ਆਪਣੇ ਬੁੱਢੇ ਪਿਓ ਆਸੇ ਕਰਨਾ ਤੇ ਜਿੱਦੇ ਤੂੰ ਆਪਣੀ ਭੈਣ ਆਸੇ ਕਰਨਾ ਪਣ ਵਿਜੇ ਆਸੇ ਕਰੀ ਜਾ ਦੱਸੋ ਕੋ ਪੁਲ ਚ ਲੱਗਦਾ ਕੋ ਬਾਬਿਆਂ ਚ ਲੱਗਦਾ ਸਾਲਾ ਜਵਾਈ ਲੱਗੇ ਖੁਸ਼ ਫਿਰਨ ਗਿਆ जिन बच्चे फड़ लेंदे पुत्र थले बुला फिर चला जाओ शमशान घाट की सुआह कट्ठी करने बीबी जी घूम के बहाना वाह वाह डॉलर मिनटों में ठंडा करे तुसी घूमना खुसरा सारी रात खजल करे जो थक जाते अखाने के परसों तू मेरे ना सुता सा मैं महसूस होया तू जवान हो गया तो मैं सोचा तेरा व्याह कर दिया सारी रात तू कहने व्याह व्याह खाब च मैं मुंडा व्याह मांगदा लेकिन अब्बा जी मेरे को पुछ ते लेना सी मेरी जिंदगी दा फैसला करन लगा खैर ते है कोई गल मेरा हकीम वाकिफ गल कर तू ऐसी कोई गल नहीं अब्बा जी। हाँ अब्बा जी मैं एक कुड़ी नाल प्यार करदा वा ते ओदे नाल ब्याह दा वादा कर बैठा सच्चियां कसमां खा बैठा ते पुत्तर जिहड़ी प्यो ने जबान दित्ती ओ तो इनकार कर देगा और कान खोल के सुन जे तू मेरे कीते फासले ते सिर ना छुट्टिया ते कान खोल के सुन ले मैं तेरा पड़वैया चट के मर जांगा हैं और लड़ाई अपने तक रखो ओए टवाणा साहब नु छेड़ो ओए टवा जे ना मन्या ते तू भी अपना हाथ भंग बिस्तरा चुक ते निकल दा मैनूं चल भंग अच्छा वीरा मेरी गल सुन तेन मेरा फैसला मनना पेगा तेन तो पता ना कि अगर मैंने कबूल कर लिया तो असं इज्जतदार लोग हाँ यह तेरा बनोई है तेरी इज्जत करनी है हाँ। समझ लगी ना तेन तो मैं कहना तू मेरी गल मनेगा जो मैं कहूंगा तू ही करेगा और स्टाफ भी लिया कर जाके किस तरह कर मैं आ रहा हूं रूड़ी तो कुत्ता मरिया हो भी बहुत घट होंगी नहीं वीरा अच्छा वीरा गल सुन मैं अंदर जा रही हूँ तू मेरी गल सुनना चल बिस्तरा कर
की करा यार मर गया पास में सच्ची कसम खादिया ने कहने प्यार दिया गल्ला कर रहा अपने प्यो की गल मान अजकल कोई किसी को सच्चा प्यार करता ही नहीं हर बंदा पैसे को प्यार करता है हर बंदे का दीन पैसा हो गया ईमान पैसा हो गया वो किहड़े प्यार की गल करना है कोई प्यार नहीं और गल नहीं तू सुनी कि सांपों ने कैद कर दिया सपेरों को ये कहकर इंसान ही काफी है इंसान को डसने के लिए सब आ गया मन गया कि नहीं ठीक है भाई हाँ जाओ भाई नु कह दियो जाके जिथे वो कहेंगे मैं ब्याह कर लूंगा सारा मन गया मन गया लेकिन उस बेचारी का की बनेगा ओदा ब्याह मैं अपने दोस्त नाल करा देंगा ताकि ओदी जिंदगी ते अच्छी गुजरे हेलो हेलो हाँ सोने किथे में यार दाता साहब उथे की कर रहे हैं स्कूटर ठीक कर रहे हैं अन्नी दिया चौला वाली लाइन च लगा है और चौल छड़ ते कार आ मैनू तेरे नाल बहुत जरूरी काम है शाबाश है मेरी वारी आउण लगी ते जा रहा और यार चौल तेनू मैं खवा देंगा सोने प्लीज फटाफट आ यार और तेरे तड़के वाले पक दे रहे इथे दाल चौल ले और दाल चौल भी खवा देंगे बल्कि तेरे लिए मैं दाल चौल पकाने वाली का इंतजाम कर रहे हैं ओए अच्छा मैं लेके आऊंगा और फटाफट आ हां रखता ही और मैं बंद करता है ओए किनू किते फोन ओए ओ भाई ने किनू किते फोन भाई ने उस बेचारी का की बनेगा जिन्नू मैं लारे दिते सर अपनी भैन मार दे ते मेनू ओदे नाल ब्याह ओ अपने दोस्त नाल ब्याह ओनू सोने नु फोन कीता ओ तेरी खैर होवे ओ मैं किड्डा तू सोना लग रहा मेरे को तलवार होगी मैं तेरी फोटो लाउनी भाई लेंदे ना करया करो लगदा बंदर तमाशा करन दे अस्सलाम वालेकुम जनाब अस्सलाम वालेकुम जी भाई जी बिस्मिल्लाह जी बिस्मिल्लाह सोने यार मैं बड़ी मुसीबत है मेरी गल सुन ले सुन ले ना रोटी लगा ना और चावल छोड़ दे चावल नाल बहुत जरूरी गल है अजा पर मैं बोलूंगा तो बुर्की लग जाएगी क्या और मेरी गल सुन मैं होर गल करनी है यार भाई मेरी शादी के लिए होर कर दे लगे फिक्र ना कर तेन खर्चा दाल चौल तो मैं दे दिया करांगा अरे यार भाई तू ना दे मेनू ए भी मैं ए को ते आपे च पाऊ है एक करी ओनु मिल से लाए यार ओ नहीं खा नहीं मिलदा मैं तैनू नहीं देने अगो तू प्रौणा बुलाउन लगा कोई क्या बात है चौलां से नहीं ओदे नाल मिल के गल कर ले बड़ी अच्छी लड़की है यार ओ यार मैं नहीं भाई जा तू मेरा साथ नहीं देगा नहीं मैं तेरा साथ नहीं देना जा पाज फिया पाज फिया लेकिन मैं अपने बाप की जबान अगे अपनी जबान हार गया वा तेनू मेरा साथ देना पेगा मेरे अब्बा जी किधरे होर मेरी शादी कर देने लगे ने नहीं नहीं ये सच है समीना लेकिन मेरी एक गल मान ला मैं सारी जिंदगी सुख नाल कट लांगा तू शादी मेरे दोस्त नाल कर ला बड़ा अच्छा इंसान है ए नहीं हो सकदा मैं जहर खा के मर सकनी लेकिन तू अडे इलावा समीना जे तू मेरे नाल मोहब्बत करनी है ते अज तेनू ए इम्तिहान देना पैगा फिर पर तब मार जहर खा के मरन दे चौल मैं नहीं देने दस जे तू मेरे नाल प्यार करनी है ते तेनू ओदा सबूत देना पैगा तुहाडी जात दी खातिर मेनू ए कबूल है मेहरबानी समीना मेनू तेरे कोल एहो ही उम्मीद सी चौल छे अंदर चौलों पिछे बर्बाद होने बची दे
पहला बेली है जरा औरत प्लेन च पा के पेश कर रही है बच्ची दे वेख नहीं मैं वेखदा रोटी वेखा बच्ची वेखा तेरी मजाक करने की आदत नहीं जाती चल ओ गल बात कर ते मैं पिछे थैंक यू सुमीना खलो जा चौल खा के गल करना देखो मेरी गल सुनो अब तक लोगे गल कर ओहो तुहाडी मेरी शादी होनी है मेनू तेरी शक्ल तो लगन दिया के तू मंगेगी मैं तुम दस जा देखो तुहाडी मेरी गल ते सुनो नहीं पराओ ओहो मेरी गल देखो तुहाडी मेरी शादी होनी है तुसी क्यों नहीं समझ रहे मैं नहीं ओहो तुहानू मेरी गल क्यों नहीं समझ आ रही ओ जा पहले शादी के काबल से हो जा क्यों मेरे 302 का पर्चा कराने अजा परा चली जा ओ चल जा मेरी गल तो सुनो तुम्हारी तो सुनने ले बैठे हुक्म करो तुम्हारी मेरी शादी होनी है हां जी हां जी खाओ जी खा लो मेरी गल सुनो सुनो जाओ हां जी हुक्म करो तुम्हारा नाम की है ਚੌਲਾਂ ਦਾ ਵੈਰੀ ਜੀ ਤੁਹਾਡੇ ਅੱਬਾ ਜੀ ਦਾ ਨਾਂ ਕੀ ਹੈ ਸੇਲਾ ਤੁਸੀਂ ਰਹਿੰਦੇ ਕਿੱਥੇ ਹੋ ਅਹੀ ਜੀ ਪਰਚੂਨ ਦੀ ਦੁਕਾਨ 'ਚ ਤੁਹਾਡਾ ਕੀ ਨਾਂ ਹੈ ਮੇਰਾ ਨਾਂ ਸਵੀਟੀ ਕਿਹਨੂੰ ਵੋਟ ਪਾਇਆ ਜੀ ਮੈਂ PTI ਸ਼ਾਬਾਸ਼ ਜੀ PTI ਨੂੰ ਪਾਇਆ ਵੋਟ ਹੀ ਦਾਇਆ ਕੀਤਾ ਜੀ ਕੀ ਮਤਲਬ ਹੈ ਆ ਵੋਟ ਪਾਉਂਦੀ ਨਾ ਨੂਨ ਲੀਕ ਨੂੰ ਹਾਂ ਇਸ ਜ਼ਾਤ ਦੀ ਬਰਿਆਨੀ ਵੱਡੀ ਨਾ ਉਹਨਾਂ ਨੇ रखोगे ਮੈਂ ਤੁਹਾਨੂੰ ਜੀ ਹਾਂਜੀ ਮੈਂ ਤੁਹਾਨੂੰ ਆਪਣੇ ਪਿੰਡ ਰੱਖਾਂਗਾ ਜੀ ਆਏ ਪਿੰਡ ਚ ਕੀ ਹੁੰਦਾ ਏ ਪਿੰਡ ਦਾ ਨਹੀਂ ਪਤਾ ਨਹੀਂ ਪਿੰਡ ਗਾਉਂ ਗਾਉਂ ਪਿੰਡ ਹੁੰਦਾ ਕੀ ਏ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹਲਾ ਲਾਲਾ ਵੀ ਹੋ ਜਾਂਦਾ ਹਰ ਸ਼ਹਿਰ ਹੋ ਜਾਂਦਾ ਹਾਂਜੀ ਇਹ ਪਿੰਡ ਵਾਲੋਂ ਤੇ ਲੱਭਣਾ ਆਵੇ ਬੜਾ ਆਸਾਨ ਏ ਕਿਵੇਂ ਆ ਸਵੇਰੇ ਸਵੇਰੇ ਜਾ ਕੇ ਕਮਾਦ ਖੋਲੋ ਲੈਣ ਸਿਰ ਸਾਰਾ ਟੱਬਰ ਹੀ ਬੈਠਾ ਹੁੰਦਾ ਤੇ ਕਰਦਾ ਕੀ ਏ ਹਾਂਜੀ ਕਰਦਾ ਕੀ ਏ ਉੱਥੇ ਇੱਕ ਦੂਸਰੇ ਦੇ ਰਿਸ਼ਤੇ ਤਾਂ ਕਰਨ ਦੇ ਹੁੰਦੇ ਆ ਕੇ ਉਹ ਕਿਸ ਤਰ੍ਹਾਂ ਇਸ ਤਰ੍ਹਾਂ ਹਾਂ ਸਦੀਕ ਕੁੜੀ ਮੈਂ ਵੇਖਣਾ ਚਾਹੁੰਦਾ ਸੀ ਅੱਗੋਂ ਨਾਲ ਦਾ ਤੇ ਪਿਆਲੇ ਮੈਂ ਕਿਹੜਾ ਟੱਟੀ ਏ ਅੱਗੋਂ ਮਾਂ ਕਹਿੰਦੀ ਸੀ ਤੁਸੀਂ ਪਿਉਣ ਦੇ ਹੋ ਰਾਤ ਹੀ ਨਿਕਲ ਗਈ ਏ खाना खुवाना किसी बर्तन हाथ ना लाई तेरी ओ खुश हो जाएंगे कि तुसी
ਮੁੰਡਾ ਟਵਾਣੇ ਵਾਲ ਵਿਆਹ ਰਹੇ ਉਹ ਖੁਸ਼ ਹੋ ਜਾਣਗੇ ਵੀ ਨਾਲ ਭਾਂਡੇ ਧੋਣ ਵਾਲਾ ਬੰਦਾ ਨਾਲ ਲੈ ਕੇ ਆਏ ਨੇ ਅੱਬਾ ਜੀ ਹਾਂ ਪੁੱਤਰਾ ਦੁੱਧ ਗਰਮ ਕਰਕੇ ਪਹਿਲੇ ਰੱਖ ਦੇ ਮੈਨੂੰ ਜ਼ਰਾ ਕਾਹ ਲੈ ਕੰਡਾ ਜਰਾ ਤੇ ਇੰਨੀ ਦੂਰੋਂ ਲਿਆਣਾ ਵਿਆਹ ਕੇ ਰਸਤੇ 'ਚ ਗਰਮ ਕਰਦਾ ਹੈ ਅੱਬਾ ਜੀ ਬੜਾ ਵਾਰ ਚੱਲੀਏ ਚਲੋ 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 ਜੀ ਅੱਗੇ ਲੱਗੋ ਚਲੋ ਚਲੋ चल हूं तीन दिन की गल है तेरा भरवैया तेरा टाइम टपाएगा कंधे लोगो वो तीन क दिन मुंडे रवा रहे लाई रख भी चले जाना रोन दिया अबाए मेरे ते सार ना कारे दे लो मेरे गल च रस्सी बन के मेनू घड़ी मुड़ी गटर च डोब दिया घर हुणे आ मैं डोबा ए मैं गया जी मसला की हो गया भाई मेरे तीन दिन दा सो के कहंदे ने जी तीन दिन बाद जंज लाओ कोई गल नहीं शुक्र है अल्लाह दा के मैं अपने नहीं छुटे आ तेरी अकाउंट भी बच गई भाई बच्चा फिर मेनू पै जानी सी ठीक है मैं तीन दिन किवें कंधे ले ओ पुत्र ऐ सबर कर ओ मैं 6 दिन कटे साडे ब्याह दी बारी ओ किवें तीन दिन बाद जंज लैके आज मैं कहना अगली तरीक तुम कुड़ी को पुछ के दियो मैनू मेरे वड्डिया ने कहा कि तेरा माल कंजरा नहीं खाना है ठंड पवेगी कले जे दिलदार वे प्यार दी गंडेरी चूब ले ठंड पवेगी कले जे दिलदार वे प्यार दी गंडेरी बच्चों आज हम पढ़ेंगे नहीं मौसम अच्छा है मिस को छेड़ेंगे हर जगह तो चेक करके वेख ला तेन नजर नहीं आता बंदा ही करी चपेट मार देगा तेरी भैन तेरी कितो आ गए हाँ। तू होटल च बह के खानी है पैसे कौन दिंदा मैं अज तक पुछया तेनू
ਐਡੀ ਤੈਨੂੰ ਝੜੀ ਦਰਬਾਰ ਤੇ ਬਹਿ ਕੇ ਨਹੀਂ ਖਾਂਦਾ ਓਏ ਤੂੰ ਹੈ ਕੌਣ ਹੈ ਇੱਥੇ ਮੇਰੀ ਭੈਣ ਦੀ ਸ਼ਾਦੀ ਹੋਈ ਹੈ ਤੇ ਮੈਂ ਕੀ ਕਰਾਂ ਉਹ ਬੰਦਾ ਕਿੱਥੇ ਗਿਆ ਮੈਂ ਇਹਨੂੰ ਮਿਲਣਾ ਹੈਗਾ ਭੈਣ ਤਾਂ ਬੰਦਾ ਨਹੀਂ ਲੱਭਣ ਡਿਆ ਹਾਂ ਉਹ ਮੈਂ ਹੀ ਆਈ ਓਏ ਤੇਰਾ ਹੁੰਦੀ ਆਏਗਾ ਆਪਣੀ ਸ਼ਕਲ ਵੇਖੀ ਹੂੰ ਇਹ ਉਹਦੇ ਮੁਕੱਦਰਾ ਦਾ ਮਾਰਕੀਟ ਚ ਆਖਰੀ ਦਾਣਾ ਸੀ ਇਹ ਉਹਨੇ ਲੈ ਲਿਆ ਜਾਂਦੀ ਬਾਹਰ ਦਾ ਤੋਹਫਾ ਹੀ ਏ ਚੰਗਾ ਉਹਨੇ ਖਰੀਦ ਲਿਆ ਤੇ ਅਗਲੇ ਸਾਲ ਹੀ ਬਾਹਰ ਹੋਣੀ ਸੀ ਉਹਨੇ ਉਹ ਲੈ ਲਿਆ ਤੇ ਉਹ ਲੈ ਲੋ ਹਾਂ ਨਹੀਂ ਮੈਂ ਕਰੂ ਖਾ ਕੇ ਆਈ ਅਕਾਲ ਉਹ ਪਿੱਛੇ ਵੀ ਤੇ ਮੇਰੇ ਕੋ ਮੰਗਣੇ ਹੀ ਗਾਲ ਹੈ ਕਾਲ ਆ ਵੇ ਤੇ ਦਾਲ ਦੇ ਵਿੱਚ ਦੀ ਸਰੀਰ ਨਹੀਂ ਅਕਾ ਅਕ ਦੰਦ ਗੱਡੀ ਜਾਂਦੀ ਹੈ ਕੀ ਅੱਜ ਤੂੰ ਅੱਛਾ ਮੇਰੀ ਗੱਲ ਸੁਣ ਹਾਂ ਤੂੰ ਮੈਨੂੰ ਜ਼ਰਾ ਵੀ ਪਸੰਦ ਨਹੀਂ ਆਇਆ ਤੇ ਨਾ ਸਹੀ ਮੈਂ ਕਿਹੜਾ ਤੇਰੇ ਨਾਲ ਵਿਆਹ ਕਰਨਾ ਪਸੰਦ ਨਹੀਂ ਆਇਆ ਤੇਰੀ ਭੈਣ ਦਾ ਮਸਲਾ ਤੂੰ ਵੇਚਣੀ ਆ ਗਈ ਹਜੇ ਤੇਰਾ ਉਹਦਾ ਤੈ ਨਹੀਂ ਹੋਇਆ ਅੱਛਾ ਹਾਂ ਉਹ ਕਹਿੰਦੀ ਮੈਨੂੰ ਉਬਲੇ ਪਕਾਉਣੇ ਆਉਂਦੇ ਨੇ ਮੈਂ ਕਿਹਾ ਨਹੀਂ ਤੜਕੇ ਵਾਲੇ ਪਕਾ ਹਜੇ ਕੋ ਤੈ ਨਹੀਂ ਹੋ ਰਿਹਾ ਉਹਦੇ ਨਾਲ ਹੱਥ ਹੋ ਗਈ ਵੈਸੇ ਤੁਹਾਡੀ ਸ਼ਾਦੀ ਹੋਈ ਹੈ ਨਹੀਂ ਮੇਰੀ ਸ਼ਾਦੀ ਨਹੀਂ ਹੋਈ ਕਦੀ ਕਿਸੇ ਨੇ ਛੇੜਿਆ ਹੋਵੇ ਨਹੀਂ ਪੰਨੇ ਸਕਾਲ ਨਹੀਂ ਕਿ ਤੋ ਇਹਦੀ ਲੋੜ ਕਰਾਇਆ ਹੋਵੇ ਉਹ ਨਹੀਂ ਕੋਈ ਮੈਸੇਜ ਨਹੀਂ ਉਹ ਨਹੀਂ ਹੋ ਵੀ ਨਹੀਂ ਕਿੰਨੀ ਦੇਰ ਹੋ ਗਈ ਉਹ ਕਾਫੀ ਟਾਈਮ ਹੋ ਗਿਆ ਕਿਤੇ ਆਪਣਾ ਮੋਬਾਈਲ ਠੀਕ ਕਰਾ ਕਿਉਂ ਜੀ 3 ਮਹੀਨੇ ਮੈਸੇਜ ਨਾ ਆਉਣ ਤੇ 9 ਮਹੀਨੇ ਬਾਅਦ ਫਿਰ ਪਿਕਚਰ ਮੈਸੇਜ ਆਉਂਦਾ ਹੀ ਮੇਰੇ ਕੋਲ ਮੋਬਾਈਲ ਹੀ ਨਹੀਂ ਚੰਗਾ ਅੱਛਾ ਹਾਂ ਆਪਣੇ ਮੈਸੇਜ ਸੈੱਟ ਕਰਾ ਯਕੀਨ ਕਰ ਜਿਹੜੀਆਂ ਸਿੰਮਾਂ ਤੇ ਮੈਸੇਜ ਰੁਕ ਦੇਣਾ ਨਾ ਹਾਂ ਫਿਰ ਉਹ ਇੰਜ ਦੀ ਕਾਲ ਡਰਾਪ ਕਰਦੀਆਂ ਨੇ ਇਹ ਕਾਲੇ ਰੰਗ ਦੀ ਆ ਉਹ ਕਾਲਾ ਰੰਗ ਨਹੀਂ ਮੈਂ ਤੇ ਆਫ ਬਰਾਉਨ ਆ ਇਹ ਹੈਗਾ ਕੌਣ ਵੈਸੇ ਇਹ ਮਜਬੂਰ ਆਦਮੀ ਹੈ ਜੀ ਜੀ ਵਿਚਾਰਾ ਸਿਗਰਟ ਲੈਣ ਆਇਆ ਪਿੱਛੋਂ ਇਹਦੀ ਕਬਰ ਮੱਲੀ ਗਈ ਹੈ ਉਹ ਕਿਹੜੀ ਕਬਰ ਮੱਲੀ ਗਈ ਹੈ ਉਹ ਤਾਂ ਸਾਡੇ ਚ ਸਲਿਪ ਹੋ ਗਿਆ ਉਹ ਕਿੰਨ ਤੋਂ ਮੈਨੂੰ ਪਸੰਦ ਨਹੀਂ ਆ ਮੈਂ ਜਾ ਰਹੀ ਹਾਂ ਉਹ ਤਾਂ ਚੱਲ ਜਾ ਤੂੰ ਆਪ ਮੈਨੂੰ ਪਸੰਦ ਨਹੀਂ ਕਰ ਆਦਮੀ ਜੀ ਨਹੀਂ ਕਰੀ ਸਮਝ ਆਈ ਚੱਲ ਛੜੇ ਖਾ ਐਡੀ ਤੂੰ ਪਸੰਦ ਮੈਨੂੰ ਆਪ ਨਹੀਂ ਤੂੰ ਪਸੰਦ ਵੇਖ ਲੈ ਨੁੱਕਰ ਚ ਮਸਾਲਾ ਛੁੱਟਣ ਵਾਲੀ ਕਾਂਡੀ ਆ ਕਾ ਮੂੰਹ ਹੈ ਤੇਰਾ ਐਡੇ ਤੂੰ ਨੁਕਸ ਕੱਢਣ ਆ ਗਈ ਚੱਲ ਪਰਾ ਉਹ ਹੈਲੋ ਉਹ ਤੂੰ ਜਾ ਚੱਲ ਜਾ ਲੋਇ ਨਹੀਂ ਉਹ ਤੂੰ ਨਹੀਂ ਪਰਾ ਜਾ ਕੁੱਤੇ ਦੇ ਪੁੱਤਰਾ ਕਹਿ ਲੈ ਖੋਤਾ ਮਸਾਉਣ ਵਾਲੇ ਛਣਕੜੇ ਵਰਗਾ ਮੂੰਹ ਆ ਮੈਨੂੰ ਵੀ ਡਰਾ ਛੱਡੇ ਪਰ ਆ ਉਹ ਚੱਲ ਪਹਿਲੇ ਦੱਸ ਤੇਰੇ ਕੋ ਹੁਸਨ ਬਰਦਾਸ਼ਤ ਬਰਦਾਸ਼ਤ ਨਹੀਂ ਹੁਸਨ ਬਰਦਾਸ਼ਤ ਹੁੰਦਾ ਸੜਿਆ ਨਹੀਂ ਹੁੰਦਾ ਯਕੀਨ ਕਰ ਮੈਂ ਜਾ ਰਹੀ ਤੂੰ ਪਸੰਦ ਨਹੀਂ ਆਇਆ ਬਸ ਉਹ ਚੱਲ ਠੀਕ ਹੈ ਬਸ ਤੇ ਚੱਲ ਲੈ ਬਸ ਚੱਲ ਚੱਲ ਐ ਕੀ ਹੈ ਲੈ ਜੀ ਮੈਂ ਤੈਨੂੰ ਨਹੀਂ ਪਤਾ ਵੀ ਮੈਂ ਹੱਥ ਲਵਾਉਣ ਦਾ 5 ਲੱਖ ਰੁਪਏ ਲੈਣੀ ਆ ਚੱਲ ਲੈ ਸ਼ਿਆ ਕੀ ਲਵਾਉਣ ਦਾ ਤੂੰ ਦਿੱਲੀ 5 ਲੱਖ ਲੈਣੀ ਹੱਥ ਲਾ ਹਾਂ ਟੋਟਲ ਕਿੰਨੇ ਲੈਣੀ ਹੈ ਇੱਕ ਵਾਰੀ ਬੰਦਾ ਤੇਰੀ ਪਹੁੰਚ ਵੀ 6-7 ਸੁੱਟ ਦਵੇ ਓਏ ਹਲੋ ਤਮੀਜ਼ ਉਹ ਚੱਲ ਲੈ ਤਮੀਜ਼ ਤਮੂਜ਼ ਨਹੀਂ ਚੱਲ ਐ ਕੀ ਹੈ ਚੱਲ ਵੇ ਖੱਪਾਈ ਤੇ ਸੱਜੇ ਦਾ ਕਿਹੜਾ ਆਈਸਕ੍ਰੀਮ ਬਣਾਉਣੀ ਹੈ ਚੱਲ ਚੱਲ ਮੇਰਾ ਕਾਕਾ ਚੱਲ ਚੱਲ ਬੜੀ ਟੇਸਟੀ ਯਾਰ ਉਹ ਕੁੱਤੇ ਦੇ ਪੁੱਤਰਾ ਮੇਰਾ ਜ਼ਾਇਕਾ ਵੀ ਤਬਾਹ ਕਰ ਦਿੱਤਾ ਹੈ ਉਹ ਜਾ ਦਫਾ ਹੋ ਜਾ ਉਹ ਕਿਤਾਬ ਲਿਆ ਥੋੜਾ ਜਿਹਾ ਉਹ ਕਿਉਂ ਜਨਾਬ ਹੁਣ ਮੈਨੂੰ ਬੁੱਲ ਲਾਉਣੇ ਹੀ ਪੈਣੇ ਨੇ ਜਾ ਰਹੀ ਹਾਂ ਮੈਂ ਉਹ ਚੱਲ ਜਾ ਤੂੰ ਐਡਾ ਤੈਨੂੰ ਪਸੰਦ ਨਹੀਂ ਜਿਵੇਂ ਤੂੰ ਸਾਨੂੰ ਪਸੰਦ ਹੈ ਆਓ ਸਾਡੇ ਤੂੰ ਮੇਰੇ ਨਾਲ ਮੁਕਲੇ।
ਤੇਰਾ ਨੱਕ ਕਿੱਡਾ ਵੱਡਾ ਉਹ ਤਾਂ ਕੋਏ
ਉਹ ਸੋਹਣਿਆ ਤੇਰਾ ਕਿੱਡਾ ਲੰਮਾ ਨੱਕ ਹੋਏ ਬੜਾ ਭਰਾ ਵੀ ਦਿਲਦਾਰ ਹੋਏ ਨੱਕ ਤੇਰਾ ਮੂੰਹ ਚੋਂ ਕਿੰਨਾ ਭਰ खबर लेके असल च गल पड़ा गई चाचा जी काका बारिश पै गई है मुंडा मेरे को काबू नहीं करा फटाफट बेटा असल च गल पड़ा गई है चाचा जी कुड़ी की छत डिग पई है इना मीह पै गया कुड़ी की छत डिग पई रखा जी हुण तेरे ते जिहड़ा मेरा मुंडा डिगना ए जा मेरी गल तो सुन लो मेरी गल तो छोड़ो भाई मेरी मेरी गल मेरी गल तो तेरा
मैनू गुजरी बना
ਬੱਚਿਆਂ ਦਾ ਰਿਜ਼ਕ ਹੀ ਬਹੁਤ ਦਿੱਤਾ ਹੈ। ਓਏ ਤੇਰਾ ਖਾਣਾ ਖਰਾਬ, ਤੇਰਾ ਬੇੜਾ ਦਰਜਾ, ਤੇਰੇ ਕੱਖ ਨਾ ਰਹਿ, ਤੂੰ ਆਪਣੀ ਭੈਣ ਨੂੰ ਆਪਣੇ ਵਿਆਹ ਤੇ ਲੈ ਕੇ ਦਿਆ। ਓ ਤੂੰ ਵੀ ਮੇਰੀ ਭੈਣ ਹੈ? ਆਹੋ। ਓ ਦੋਸਤ ਕੀ ਆ, ਕਿੱਥੇ ਕਿੱਥੇ ਬੱਚੇ ਜੰਮੇ ਨਹੀਂ ਆ? ਓਏ ਤੇਰੀ ਮਾਸੀ ਦੀਆਂ ਧੀਆਂ ਹਾਂ, ਚਿਣਗੋ ਤੇ ਮਿਣਗੋ। ਓ ਤੁਹਾਡਾ ਬੇੜਾ ਗਰਕ ਹੋ ਗਿਆ ਵੀ ਤੁਹਾਡੀ ਭੈਣ ਆ? ਹਾਂ। ਓ ਮੇਰੇ ਕੋਲ ਪਰਾਡੋ ਲਗਾ ਕੇ ਤੇ ਮੈਨੂੰ ਐਫ ਐਕਸ ਦੇਤੀ ਜੇ ਤੁਹਾਡਾ ਬੇੜਾ। ਅੱਲਾ ਦਾ ਸ਼ੁਕਰ। ਓਏ ਪਹਿਲਾਂ ਮਾਸੀ ਦੀ ਕੁੜੀ ਹੈ? ਹਾਂ। ਆ ਤੁਹਾਡੀ ਮਾਸੀ ਦੀ ਕੁੜੀ ਚੰਗੀ ਹੈ, ਆਮੀ ਵੀ ਤੁਹਾਡੀ ਪੋਪਟ ਹੈ। ਅੱਬਾ ਟ੍ਰਾਂਸਫਰ ਲੈਟਰ ਲਿਖ ਦੇ ਮੈਂ ਕਹਿੰਦਾ। ਓਏ ਭਾਈ ਗੁੱਸਾ ਨਾ ਕਰਨਾ, ਮੈਂ ਕਬਾੜੀਏ ਦਾ ਮੁੰਡਾ, ਮੇਰਾ ਪੁਰਾਣੇ ਮਾਲ ਵੱਲ ਬਹੁਤਾ ਧਿਆਨ ਹੁੰਦਾ ਹੈ। ਤੇ ਸਾਲਿਆ ਇੱਧਰ ਵੇਖ ਆ ਡੱਬਾ ਪੈ ਗਏ। ਕਿਹੜਾ ਜੀ? ਜਵਾਈ ਜਵਾਈ ਜਵਾਈ। ਤੂੰ ਮਾਲ ਇਹ ਵੇਖਦਾ ਵੀ ਨਹੀਂ ਜੀ, ਨਾ ਇਹਨੂੰ ਅੱਗ ਲੱਗਦੀ ਹੈ ਨਾ ਪਿਘਲਦਾ। ਅੱਬਾ ਨੂੰ ਕਿੱਥੇ ਤੇਰਾ ਜਿਹੜਾ ਮੇਰਾ ਚੱਲਦਾ ਹੈ ਤੇਰੀ ਪੋਪਟ ਨਹੀਂ। ਅੰਦਰ ਓ ਹੱਥ ਲਗਾ ਚੋਲੀ, ਆ ਚੋਲੀ ਥੱਲੇ ਕਰ, ਤੇਰੀ ਬਦਵਾ ਨਜ਼ਰ ਆਉਂ ਗਈ ਆ ਥੱਲੇ ਕਰ। ਇਹ ਤੇ ਕੁਝ ਵੀ ਨਹੀਂ ਜੋ ਬਹੁਤ ਵੱਡੀ ਬਦਵਾ ਦਿੱਤੀ ਨੇ। ਹਾਂ ਇਹ ਲੱਗੇ ਹੀ ਲੱਗੇ ਨੂੰ ਅੱਬਾ। ਹਾਂ ਮੈਂ ਤੇਰਾ ਸਖਰਾ ਇਹ ਨਹੀਂ, ਤੂੰ ਮੈਨੂੰ ਆਪਣੀ ਭੈਣ। ਓ ਬੀਬੀ ਤੈਨੂੰ ਸਮਝ ਨਹੀਂ ਆਉਂ ਗਈ? ਓਏ ਕੁਝ ਵੀ ਬਦਵਾ ਨਹੀਂ, ਤੂੰ ਹਲੇ ਅੰਮੀ ਦੀ ਬਦਵਾ ਨਹੀਂ ਦੇਖੀ। ਉਹ ਤੂੰ ਅੰਮੀ ਦੇ ਰਹਿਣ ਦੇ, ਅੰਮੀ ਦੀ ਬਦਵਾ ਰਹਿੰਦੇ ਇਧਰ ਆ, ਤੈਨੂੰ ਪਿਓ ਦਾ ਹਾਲਾ ਵਿਖਾਵਾਂ। ਆ ਪਿਓ ਦਾ ਹਾਲਾ ਤਾਂ ਫੇ ਮਾਰੋ, ਅੰਮੀ ਦੀ ਬਦਵਾ ਮੈਨੂੰ ਦੇ ਦਿਓ। ਅੱਬਾ ਜੀ ਕਿੱਥੇ ਕੁੜੀ ਵਿਆਹ ਹੋਈ? ਤੇਰਾ ਤੇਰਾ ਕੱਖ ਨਾ ਰੇ, ਤੂੰ ਮੈਨੂੰ ਵਿਆਹ ਦੀ ਕੁੜੀ ਸਨੇ, ਤੈਨੂੰ ਕੋਈ ਯਾਦ ਨਹੀਂ, ਤੂੰ ਹੈਗਾ ਕੌਣ ਤੇ ਦੱਸ ਤੇ ਨਹੀਂ, ਮੈਂ ਬੋਲਦਾ ਕਿਉਂ ਨਹੀਂ? ਓ ਬੀਬੀ, ਓ ਬੀਬੀ ਹਰ ਬੰਦੇ ਨੂੰ ਖਾਵਦ ਨਹੀਂ ਸਮਝੀਦਾ, ਤੇਰੀ ਮਿਹਰਬਾਨੀ ਉਧਰ ਭਰਾ ਜਾ ਜਾ ਵਾ ਜਾ। ਚੱਲ ਤੇਰੀ ਭੈਣ ਨੂੰ, ਤੇਰੀ ਨੂੰ, ਤੇਰੀ ਭੈਣ ਨੂੰ ਕਿਉਂ ਨਹੀਂ ਤੇ ਤੇਰੀ ਨੂੰ ਕਿਉਂ ਨਹੀਂ? ਉਹ ਛਿਲੇ ਚ ਮੇਰੀ ਕੋਈ ਭੈਣ ਹੀ ਨਹੀਂ। ਫਿਰ ਤੈਨੂੰ ਹੀ ਸਾਲੀਏ ਜੀ, ਇਹ ਤੇਰੀ ਤੇ ਸਿੱਧ ਪੁੱਠ ਦਾ ਪਤਾ ਨਹੀਂ ਲੱਗਣ ਡਿਆ। ਵੇ ਕੀ ਚੱਲ ਰਿਹਾ, ਮੈਂ ਤੇਰੇ ਜੇ ਬੱਤੇ ਪਰ ਉਧੇੜ ਕੇ ਰੱਖਦਾ। ਲੈ ਸ਼ਾ ਬਸ਼ੇ ਤੇ ਉਧੇੜ ਕੇ ਰੱਖਨੀ ਕਿੱਥੇ ਵੇ, ਜਿੰਨਾ ਤੇ ਜਿੰਨੀ ਤੇਰੀ ਸਿਹਤ ਤੇ ਤੂੰ ਧੇੜਿਆ ਨਾ ਕਰ, ਤੂੰ ਫੇਰ ਕੇ ਰੱਖ ਦੇ। ਅੱਛਾ ਚਿਣਗੋ ਇੱਧਰ ਤੇ ਆ। ਤੁਸੀਂ ਮੈਨੂੰ ਕਿਉਂ ਨਹੀਂ ਸੱਦਿਆ? ਇਹ ਮੀਆਂ ਲੇਟ ਆਈਆਂ, ਆ ਕੁੜੀਆਂ ਆ ਜਣੀ ਸੀ ਟਾਈਮ ਨਾਲ ਵਿਆਹ ਤੇ। ਅੱਛਾ ਤੇ ਪੁੱਤਰ ਦੁਬਈ ਗਈਆਂ ਸਨ ਨਾ, ਹੁਣ ਰੋਜ਼ੇ ਮੁੱਕੇ ਤੇ ਇਹਨਾਂ ਦਾ ਸੀਜ਼ਨ ਬੰਦ ਹੋ ਗਿਆ ਤੇ ਵਾਪਸ ਆ ਗਈਆਂ। ਅੱਛਾ ਹਾਂ, ਆ ਦੁਬਈ ਹੁੰਦੀਆਂ ਨੇ ਕੁੜੀਆਂ, ਸਹੀ ਆ ਗਈਆਂ ਨੇ। ਬਸ ਅੱਲਾ ਦਾ ਕਰਮ, ਦੁਆਵਾਂ ਪਿੱਛੇ ਬਜ਼ੁਰਗਾਂ ਦੀਆਂ। ਅੱਛਾ ਇਹ ਵੇਖਦਾ ਈ ਤੋਂ ਪਹਿਲੇ ਰੋਜ਼ੇ ਤੋਂ ਪਹਿਲੇ 3 ਮਹੀਨੇ ਇਹਦੀਆਂ 4 ਭੈਣਾਂ ਦੀਆਂ ਲਾਸ਼ਾਂ ਆਈਆਂ ਤੇ ਬਈਓ। ਉਹਨਾਂ ਨੇ ਜ਼ੈਤੂਨ ਦੇ ਤੇਲ ਨਾਲ ਉੱਤੇ ਲਿਖ ਕੇ ਭੇਜਿਆ ਸ਼ੁਗਲ ਖਲਾਸ ਖੱਲੀ ਵੱਲੀ। ਇਹ ਕੌਣ ਕਾਲਾ? ਉਹ ਤੂੰ ਕੌਣ ਹੈ ਡੋਰੇਮੋਨ? ਏ ਵੇ ਕਾਲੇ, ਆਪਣੀ ਸ਼ਕਲ ਵੇ। ਸ਼ਕਲ ਕੋ ਛਾੜੋ, ਸ਼ਕਲ ਕਾ ਉਸ ਕੰਮ ਮੇ ਕੋਈ ਕੰਮ ਨਹੀਂ। ਯਾਰ ਅਗੇ ਸੇੜਾ ਸੇਰੇ ਕਨੇਰਾ, ਅਗੇ ਕੰਮ ਮੇਰਾ। ਮੇਰੇ ਬੱਚੇ ਦਾ ਬਸ ਹੁਣ ਅੱਲਾ ਹੀ ਮਾਰਸ ਹੈ।
फिर पक्का ही पी।
ਸੱਚੀ ਹੋ ਗਈ ਮੈਂ ਘੁੰਡ ਚੁੱਕਣਾ ਕੋ ਕਲਾ ਝੂਲੇ ਲਾਲ ਬੇੜਾ ਘਰ ਕੋ ਜਾਏ ਨਾ ਸੋਨੇ ਤੈਨੂੰ ਵੀ ਲੱਗਦਾ ਮੈਨੂੰ ਤੇਰੇ ਕੁਲਾਂ ਦੇ ਹੀ ਅੱਗੋਂ ਖਾਣੇ ਪੈਣੇ मैं तय कर लाचा अपना अपना होगा समझ आई है फायदा ही है इको सेफ्टी दो इस्तेमाल कर लेना ਜ਼ਿੰਦਗੀ ਇੰਨੀ ਲੰਘ ਜਾਣੀ ਤੁਹਾਡੀ ਐ ਕੀ ਖਵਾ ਰਿਆ ਚੌਲ ਮੈਨੂੰ ਵੀ ਖਵਾ ਇਹ ਦਾਲ ਵਾਲੇ ਆ ਤੂੰ ਮਟਰ ਵਾਲੇ ਖਾਣਾ ਇਹ ਦੂਸਰੇ ਆ ਚੱਕ ਦਫਾ ਮਾਰ ਜਾਨੂ ਇਹ ਕੌਣ ਹੈ ਇਹ ਤੇਰਾ ਜੇਠ ਹੈ ਹਾਂ ਮੈਂ ਜੇਠ ਆ ਤੇ ਸਾਲ ਚ ਇੱਕ ਮਹੀਨਾ ਜੇਠ ਦਾ ਵੀ ਹੁੰਦਾ ਹੀ ਹੈ ਮੈਂ ਕਿਹਾ ਪੂਰਾ ਸਾਲ ਨਹੀਂ ਜੇਠ ਦਾ ਹੋ ਸਕਦਾ ਹੋ ਸਕਦਾ ਹੁਣ ਜੇਠ ਕੰਮ ਵੀ ਨਾ ਕਰੇ ਕੋਈ ਕੀ ਬਾਤ ਹੈ ਬੇ ਹਾਂ ਪੈਸੇ ਲੈਣੇ तेरा मुकद्दर तेरा खुसरा निकल आया मेरा तो खरबूजा मिठा नहीं निकल दे लख पतला मेरा चुकदा नहीं पा।